ਕਰਨਵੀਰ ਇਰਨ ਈੜੀ ਨਾਲ ਇਰਨਵੀਰ ਸਿੰਘ ਮੱਲਾ ਬੇਦੀਆਂ ਸਤਿ ਸ਼੍ਰੀ ਅਕਾਲ ਆਵੇ ਜੱਗੀ ਭਾਬੀਆਂ ਜੋ ਸਭ ਦੇ ਸ਼ਾਹ ਬਹੁਤ ਸ਼ੇਰ ਹੋਣਿਆ ਬੜਿਆਂ ਛੱਡਣਾ ਹਾਂਜੀ ਹਾਂਜੀ ਬਈ ਸਾਰੇ ਆਪਣੇ ਗੱਡੀਆਂ ਲੈ ਕੇ ਲੰਘੋ ਵੱਲਾ ਰਾਣਾ ਕਲਹਾ ਅੱਜ ਤਾਂ ਬੇਪਛਾਣੇ ਹੋਇਆ ਫਿਰਦਾ ਹੈ ਮੁੰਡਿਆ ਤੇ ਰੀਸਾਂ ਤੇਰੀਆਂ ਲਾਜ ਬਹੁਤ ਵੀ ਆਉਣ ਲੱਗ ਗਿਆ ਭਾਈ ਸਤਿ ਸ਼੍ਰੀ ਅਕਾਲ ਜੀ ਸੈਂਪੜਾ ਸਾਹਿਬ ਦਾਰਾ ਸਿੰਘ ਲਾਲਪੁਰੀ ਸੈਂਪੜਾ ਹਾਂਜੀ ਛੁੜਤੀ ਆ ਬਾਈ ਉਹ ਤਾਂ ਅੱਜ ਵੀ ਨਹੀਂ ਭੱਜਿਆ ਤੀਆ ਹਿੱਸਾ ਨਹੀਂ ਭੱਜਿਆ ਸਰਦਾਰ ਪ੍ਰੇਮ ਸਿੰਘ ਹੋਣੀ ਸਮਾਣਾ ਸਰਦਾਰ ਅਮਰ ਸਿੰਘ ਸਮਾਣਾ ਇਹ ਚੌਥੀ ਪੀੜ੍ਹੀ 'ਚ ਇਸ ਪਰਿਵਾਰ ਦੀ ਬੋੜ ਭੱਜ ਰਹੇ ਚੌਥੀ ਪੀੜ੍ਹੀ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਰਾਜਾ ਸਮਾਣਾ ਧੰਨਵਾਦ ਜੀ ਬੱਲੇ 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 ਕਰਸ਼ਰ ਖੇੜੀ ਗੁਜਰਾਂ ਸਤਿ ਸ਼੍ਰੀ ਅਕਾਲ ਜੀ ਜਸਵੀਰ ਸਿੰਘ ਸਰਦਾਰ ਜਸਵੀਰ ਸਿੰਘ ਅੰਬ ਸ਼ਵਾ ਜੰਡਲੀ ਪਹੁੰਚੇ ਨੇ ਜੀ ਧੰਨਵਾਦ ਬੜੀ ਮਿਹਰਬਾਨੀ ਵਾਹੋ ਸ਼ੇਰ ਹੋਣੀ ਸਾ ਤੁਹਾਡੀਆਂ ਜੱਸਾ ਵਿਦੇਸ਼ਾਂ ਹਾਕਮ ਛੰਨਾ ਆਮ੍ਰਿਤ ਕਧਾਈਆਂ ਦਵਿੰਦਰ ਕੁਹਾੜਾ ਵਾਹੋ ਸ਼ੇਰੋ ਸਤਿ ਸ਼੍ਰੀ ਅਕਾਲ ਕਿਆ ਹਾਲ ਹੈ ਲਓ ਸ਼ਿਫਟ ਚੌਥੀ ਕਰ ਦਾਂਗੇ ਵੀ ਬੱਚਿਆਂ ਵਾਲੇ ਵੀਰੋ ਨੋਟ ਕਰ ਲਓ ਸ਼ਿਫਟਾਂ ਚਾਰ ਕਰ ਦਾਂਗੇ ਪਰ ਚੌਥੀ ਸ਼ਿਫਟ ਆਖਰੀ ਹੋਊਗੀ ਸ਼ਿਫਟਾਂ ਹਾਂ ਜੀ ਪਾਣੀ ਛੱਕ ਕੇ ਗਲਾਸ ਦਿਓ ਭਾਈ ਲਓ ਜੀ ਰਵਿੰਦਰ ਗਲਾਸ ਦੇ ਰਿਹਾ ਗਲਾਸ ਥੋੜ੍ਹਾ ਆ ਪੀਲਾ ਪਾਣੀ ਦੇ ਗਲਾਸ ਉਹਨੇ ਫੋਰ ਨੂੰ ਪਲਾਉਣ ਦੇ ਫਿਰਨਾ ਵਾਹ ਜੀ ਵਾਹ ਵਾਹ ਬੈਲੀ ਢੋਲਣ ਮਾਜਰਾ ਦੀਪਾ ਚਟਾਣਾ ਵਾਹ ਜੀ ਵਾਹ ਬੈਲੀ ਢੋਲਣ ਮਾਜਰਾ ਸਵੱਤਰ ਸਰਦਾਰ ਸੁੱਚਾ ਸਿੰਘ ਢੋਲਣ ਮਾਜਰਾ ਉਧਰੋਂ ਮੋਟਰਸਾਈਕਲ ਦੇ ਕੇ ਵੱਡੇ ਵੱਡੇ ਮੇਲੇ ਕਰਵਾਏ ਢੋਲਣ ਮਾਜਰੇ 'ਚ ਸਾਥੀ ਨੇ ਧੰਨਵਾਦ ਕਰਦੇ ਹਾਂ ਜੀ ਬੜੀ ਮਿਹਰਬਾਨੀ ਵੀਹ ਮਈ ਨੂੰ ਪਿੰਡ ਕਰਾਲ ਮਾਜਰਾ ਧੰਨ ਧੰਨ ਬਾਬਾ ਮੁਨੀ ਜੀ ਦੀ ਆਦਤ ਦੇ ਵਿੱਚ ਵੀਹ ਮਈ ਨੂੰ ਕੱਲ੍ਹ ਤੇ ਮਹੀਨਾ ਰਹਿ ਜੂਗਾ ਕੱਲ੍ਹ ਤੇ ਮਹੀਨਾ ਹਾਂਜੀ ਟਿੱਕੇ ਲਾ ਦੇ ਰਹੇ ਨਾ ਲੱਗ ਲੱਗ
ਕਰ ਦੋ ਬੰਦ ਤਾਂ ਹੋਣਾ ਥੋੜ੍ਹੇ ਟਾਈਮ ਵਾਸਤੇ ਮੈਂ ਟੈਂਕੀ ਉਹ ਭਰਨੀ ਆਪਾਂ ਨੇ ਟੈਂਕੀ ਭਰ ਕੇ ਫਿਰ ਇੱਧਰ ਨੂੰ ਕਰ ਦੇਣਾ ਬਾਈ ਇੱਕ ਜ਼ਰੂਰੀ ਬੇਨਤੀ ਆ ਜਿਹੜੀ ਮੈਂ ਕਰਨੀ ਸੀ ਪਹਿਲਾਂ ਕਰਨੀ ਚਾਹੀਦੀ ਮਾਫੀ ਚਾਹੁੰਦਾ ਪਹਿਲਾਂ ਤਾਂ ਬਹੁਤ ਸਾਰੇ ਸਾਥੀ ਆਪਣੇ 'ਚ ਸਿਗਰਟ ਜਾਂ ਬੀੜੀ ਪੀਂਦੇ ਹੁੰਦੇ ਹੱਥ ਬੰਨ ਕੇ ਬੇਨਤੀ ਆ ਕਿਸੇ ਵੀਰ ਨੇ ਪਹਿਲੀ ਗੱਲ ਤਾਂ ਕਣਕ ਦੇ ਖੇਤਾਂ ਵਿੱਚ ਖੜ ਕੇ ਸਿਗਰਟ ਜਾਂ ਬੀੜੀ ਨਹੀਂ ਪੀਣੀ ਅਲੜੇ ਸੌ ਵੀ ਆ ਕੇ ਸੀਖ ਵੀ ਭਜਾਉਣੀ ਆਪਣੇ ਪੈਰ ਨਾਲ ਫਿਰ ਸਿਗਰਟ ਹੋਵੇ ਚਾਹੇ ਬੀੜੀ ਹੋਵੇ ਉਹ ਵੀ ਪੈਰ ਨਾਲ ਮਰ ਦੇਣੀ ਸਵਾਰ ਕੇ ਵੜਦੀ ਨਾ ਰਹਿ ਜਾਵੇ ਦੇਖੋ ਪਲ ਹੁੰਦੀ ਹੈ ਜੋ ਕੋਈ ਪੀਣੀ ਚਾਹੁੰਦਾ ਬੜੀ ਖੁਸ਼ੀ ਨਾਲ ਪੀਵੇ ਪਰ ਇਹ ਨਾ ਹੋਵੇ ਵੀ ਤੂੰ ਪੀਂਦੇ ਪੀਂਦੇ ਕਣਕ ਦੇ ਖੇਤ 'ਚ ਮਾਰੋ ਇਹ ਇੱਧਰ ਵੱਢੀ ਹੋਈ ਹੈ ਤੂੜੀ ਬਣਾਉਣ ਨੂੰ ਪਈ ਹੈ ਉਹਦੇ 'ਚ ਮਾਰੋ ਹਾਂ ਇਹ ਗੱਲ ਦਾ ਧਿਆਨ ਰੱਖਿਓ ਜੀ ਪੱਪੂ ਭਾਪੁਰ ਸਰਪੰਚ ਮਨਪ੍ਰੀਤ ਰਾਈਆ ਬਾਈ ਬੇਨਤੀ ਆ ਮੇਰੀ ਇਹ ਜ਼ਰੂਰ ਬੇਨਤੀ ਮੇਰੀ ਗੌਰ ਨਾਲ ਸੁਣ ਲਿਓ ਸਿਗਰਟ ਦਾ ਬੀੜੀ ਦਾ ਜੇ ਪੀਣੀ ਹੈ ਧਿਆਨ ਰੱਖਣਾ ਇਹ ਸੂਏ ਪਰ ਵੀ ਨਹੀਂ ਗੇਰਨੀ ਕਿ ਉਹ ਸੂਏ ਉੱਧਰ ਵੀ ਅੱਗ ਲੱਗ ਸਕਦੀ ਹੈ ਗਾਂ ਕਿਤਿਆਂ ਜਾ ਸਕਦੀ ਹੈ ਧਿਆਨ ਰੱਖਿਓ ਮੇਰਾ ਵੀਰ ਬਣ ਕੇ ਇਸ ਗੱਲ ਦਾ ਨੁਕਸਾਨ ਨਾ ਹੋਵੇ ਆ ਸਾਰਾ ਹੀ ਖੇਡ ਪਿੱਛਾ ਖੜੀ ਹੈ ਵੀ ਇੱਧਰ ਸੂਏ ਪਰ ਆ ਜਾਓ ਉਹ ਭਾਈ ਸੂਏ ਪਰ ਆ ਜਾਓ ਉੱਧਰ ਛਾਂ ਹੈ ਬੈਠਣ ਨੂੰ ਬੜੀ ਵਧੀਆ ਛਾਂ ਹੈ ਉੱਧਰ ਆ ਜਾਓ ਲਓ ਜੀ ਸ਼ਬਦ ਚੌਥੀ ਆਖਰੀ ਹੋਊਗੀ ਸਮਾਂ ਹੋ ਗਿਆ ਸ਼ਬਦ ਦਾ ਲੰਘੋ ਲੈ ਕੇ ਸਮਾਂ ਹੋ ਗਿਆ ਸਾਡੇ ਵੱਲੋਂ ਇੱਧਰ ਜਵਾਨ ਥੋੜ੍ਹੀ ਸੇਵਾ ਵੀ ਕਰ ਰਿਹਾ ਬਾਈ ਪਾਣੀ ਪਿਲਾ ਰਿਹਾ ਤੁਹਾਨੂੰ ਤੁਸੀਂ ਵੀ ਸੇਵਾ ਕਰਦਿਆ ਕਰੋ ਇਹਦੀ ਵਿਚਾਰੇ ਦੀ ਜ਼ਰੂਰ ਮਾਣ ਕਰਦਿਆ ਕਰੋ ਜਵਾਕ ਦਾ ਇਹਦੇ ਸਾਰੇ ਲਾਈਵ ਵਾਲੇ ਕਹਿੰਦੇ ਆ ਵੀ ਖੀਰਾ ਜੀ ਇਹ ਬੜੇ ਸਾਰੇ ਬਾਹਰ ਨੂੰ ਦੇਖ ਕੇ ਵੀ ਕਹਿੰਦੇ ਖੀਰਾ ਐਡਾ ਬੜਾ ਮਟਰ ਮੈਂ ਬਾਹਰ ਦੁਆਬੇ ਜਾ ਖੇਡ ਲਈ ਕੱਲ ਨੂੰ ਆਊਂਗਾ ਜੀ ਕੱਲ ਨੂੰ ਦੇਖ ਲਓ ਪਰਚੀਆਂ ਆ ਗਈਆਂ ਕੋਈ ਨੀ ਰੱਖ ਦੇਖ ਲੂੰਗਾ ਤੁਹਾਨੂੰ ਆ ਕੇ
میں ہو جانے جد گل کری جا سام لایا ختم ہیلو گلتی بندے کوئی نہیں میں کہا بھی کٹھے ہو بندے آ جاؤ گے کٹھے بلا دیے پر ہن باری باری والی سرپنچ جی نہیں کوئی نہیں کرنی ہے نمبر سرپنچ نو فون مارا میں دوں گا تے نہیں پہنچا کیا نام ہے سرپنچ دا گردیال چند اچھا پہلے پچھلے ہی ہیں وہی ہے جی ہاں ووٹاں دے بدلو گے جی گردیال سنگھ بیٹھے بیٹھے تدبیر پر لائی جاؤ بھائی کیا نام ہے میں کہ بھائی آج آئے نہیں اچھا جی بول پہ کہتے پین چھو جی ہاں جی
ਅੱਛਾ ਜੀ ਪ੍ਰਭ ਜੋਤ ਹੇੜੀ ਕੇ ਪ੍ਰਭ ਜੋਤ ਹੇੜੀ ਕੇ ਪਰ ਪ੍ਰਭ ਪ੍ਰਭ ਚਲੋ ਕੋਈ ਗੱਲ ਨਹੀਂ ਆ ਜਾਣੋ ਅਸੀਂ ਇੱਥੇ ਬੈਠੇ ਆ ਜਾ ਕੋਈ ਗੱਲ ਨਹੀਂ ਆ ਪਹਿਲੀ ਵਾਰੀ ਬਹੁਤ ਲੋਕ ਭੱਜ ਗਏ ਤੇ ਜੇ ਥੋੜੀ ਜਿਹੀ ਗੱਲਾਂ ਤੇ ਨਾਲ ਦੋਏ ਕਰਦੇ ਹਾਂ ਜੀ ਫਿਰ ਇਹਨਾਂ ਛੱਡ ਕੇ ਹੋ ਗਿਆ ਪਰ ਕੀ ਜਾਓ ਜੀ ਯਾਰ ਇੱਕ ਵਾਰੀ ਬੁਲਦਾ ਮਾਰ ਗੱਲ ਸੀ ਨਾ ਹੋਰ ਗੱਲ ਕਰਦੇ ਆ ਨੀਲਾ ਜੀ ਹੋਰ ਆਪੇ ਮੁੱਕ ਗਿਆ ਜੀ ਹੋਰ ਕਾਉ ਗਏ ਇਹ ਭੱਜ ਗਿਆ ਇਹਨਾਂ ਨਾਲ ਆਪੇ ਜਾ ਬਹੁਤ ਮੁੜਿਆ ਸੌ ਗੱਡੀ ਹੋ ਜਾਣੀ ਪੜਦਾ ਦੀ ਸੌ ਪਰਚੀ ਸੌ ਗੱਡੀ ਹੋ ਜੂਗਾ ਪੜਦਾ ਦੀ ਬੱਚੇ ਸਾਰਾ ਜ਼ਿਆਦਾ ਆਉਣੇ ਸੀ ਜੀ ਨੀਲਾ ਜਿਹਾ ਭੱਜ ਗਿਆ ਬੰਦ ਹੋ ਜਾਵੇ ਨਾ ਜੀ ਤਾਂ ਹੀ ਇੱਧਰ ਤਾਂ ਆਵਾਜ਼ ਨਹੀਂ ਸੁਣਦੀ ਆ ਨਾ ਇਹਦੀ ਵੀ ਬੰਦੇ ਨੇ ਕਰਾ ਦੀ ਕਿਤੇ ਹੈਗਾ ਸਾਊਂਡ ਵਾਲਾ ਕਿਤੇ ਬਕਸੇ ਖੋਲੇ ਤੇ ਬਕਸੇ ਦੇ ਅੱਛਾ ਜੀ ਪਹਿਲਾਂ ਪਾਣੀ ਵਾਲੇ ਆਏ ਸੀਗੇ ਬੈਂਕ ਵਾਲੇ ਨੇ ਬੁਲਾ ਲਿਆ ਹੁਣ ਬਿਜਲੀ ਵਾਲੇ ਆ ਰਹੇ ਆ ਕਾਪੀ ਮੰਗਾ ਲਓ ਜੀ ਹੋਰ ਲਾਈਟ ਤਾਂ ਚਲਾਤੀ ਹੁਣ ਚਲਾ ਹਾਂਜੀ ਇੱਥੋਂ ਛੱਡੋ ਹਾਂ ਬੈਠਾ ਹੀ ਮੁੰਡਾ ਚਲਾ ਇੱਧਰ ਆ ਗਿਆ ਪਾਣੀ ਪਾਣੀ ਲੈ ਗਏ ਹਾਂਜੀ ਨਾਲ ਲਾਈਟ ਨਹੀਂ ਆਈ ਕਿਹੜੀ ਹੁਣ ਜਿਹੜੀ ਆਊਗੀ ਕਿਹੜੀ ਹੈ ਚੱਲਦਾ ਕਰਾ ਦੋ ਸਰਬਜੀਤ ਕਿਰਨੀ ਹਲੇ ਉਹ ਨੌ ਸਵਾਲ ਕੇ ਲਿਖੇ ਕਰ ਆ ਗਈ ਭਾਈ ਸਰਬਜੀਤ ਕਿਰਨੀ ਹੈ ਜੀ ਹਾਂਜੀ ਪੈਂਚ ਹੋ ਰਿਹਾ ਨਾ ਹੋ ਆਪਾ ਬੰਦੀ ਪਰ ਤਾਂ ਖੇਨੀ ਦੀ ਹੋਣੀ ਹੈ ਉਹ ਨੌਵੇਂ ਦੇ ਜੇ ਫੜਾ ਕੇ ਜਾਣਗੇ ਤਾਂ ਹੀ ਫੜਾਂਗੇ ਤੇਰੇ ਗਲਤ ਪੜਦੇ ਆ ਇੱਕੀ ਇਕਾਨਵੇਂ ਦਾ ਸਮਾਂ ਜੀ ਇੱਕੀ ਇਕਾਨਵੇਂ ਸਰਦਾਰ ਸਰਬਜੀਤ ਸਿੰਘ ਪਿੰਡ ਖਿਰਨੀਆ ਸਰਦਾਰ ਸਰਬਜੀਤ ਸਿੰਘ ਪਿੰਡ ਖਿਰਨੀਆ ਟਾਈਮ 21:91 ਤਿਆਰੀ ਆ ਭਾਈ ਚਲਾ ਦੋ ਸਾਊਂਡ ਭਾਈ ਬਈ ਬੱਚਿਆਂ ਵਾਲੇ ਵੀਰੋ 34 ਸ਼ਿਫਟ ਆਖਰੀ ਆ ਜੀ ਹਾਂਜੀ ਬਲਬੀਰ ਸਿੰਘ ਮੇਹਰ ਦਾ ਇੱਕੀ ਗੰਨ ਮੈਂ ਮੇਹਰ ਦਾ ਜਿਹੜੇ ਖਰਾਬ ਹੋਏ ਦਰਬਾਰ ਕਿਹਦੇ ਕਿਹਦੇ ਪਤਾ ਹਾਂਜੀ ਪਰਮਜੋਤ ਸਿੰਘ ਏੜੀ ਕੇ ਹਾਂਜੀ ਹਾਂ ਹੋ ਗਈ ਹੈਲੋ ਕਬੱਡੀ ਜੀ ਰੱਖੋ ਰੱਖੋ ਤੇਜੀ
ਆ ਗਈ ਭਾਈ ਇੱਕੀ ਤੇਰਾਂ ਦਾ ਸਮਾਂ ਜੀ ਇੱਕੀ ਤੇਰਾਂ ਇਹ ਸਰਦਾਰ ਬਲਵੀਰ ਸਿੰਘ ਉਹਨਾਂ ਦੇ ਪਿੰਡ ਮਿਹਰਨਾ ਸਰਦਾਰ ਬਲਵੀਰ ਸਿੰਘ ਪਿੰਡ ਮਿਹਰਨਾ ਗਾਂਧੀ ਗੱਡੀ ਤਿਆਰ ਰਵੇ ਜੜਾਉਣ ਵਾਲੇ ਵੀਰੋ ਗਿਆਨੀ ਜੀ ਤੇਜ਼ੀ ਰੱਖੋ ਖੇਡ ਦੇ ਵਿੱਚ ਹੌਲੀ ਨਹੀਂ ਹੋਣ ਦੇਣੀ ਖੇਡ ਚੌਥੀ ਸ਼ੇਡ ਪੂਰੀ ਭਰ ਕੇ ਭੱਜਣੀ ਹੈ ਤਾਂ ਮੁੱਕਣੀ ਹੈ ਧੰਨਵਾਦੀਆਂ ਭਾਈ ਬਰਵਿੰਦਰ ਸਿੰਘ ਜੀ ਬਿੱਲਾ ਜਿਹਨਾਂ ਦੀ ਛਤਰ ਛਾਇਆ ਇਹਨੇ ਮੇਲਾ ਹੋ ਰਿਹਾ ਹੈ ਸਾਡੇ ਨੰਬਰਦਾਰ ਕਰਮਚੰਦ ਜੀ ਮੱਲਾ ਬੇਦੀਆਂ ਵੀ ਪਹੁੰਚੇ ਨੇ ਧੰਨਵਾਦ ਕਰਦੇ ਹਾਂ ਜੀ ਨੰਬਰਦਾਰ ਕਰਮਚੰਦ ਜੀ ਆ ਗਈ ਭਾਈ ਭਾਈ ਚੂੜ ਸਿੰਘ ਜੀ ਰੁੜਕੀ ਪਹਿਲਵਾਨ ਮਨੋਹਰ ਜੀ ਇੱਕੀ ਇਕਿਆਸੀ ਦਾ ਸਮਾਂ ਜੀ ਇੱਕੀ ਇਕਿਆਸੀ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਰਣੀਆਂ ਪਹਿਲਾਂ ਕਾਲੀ ਨੇਰੀ ਆ ਗਈ ਮਗਰੇ ਆ ਗਈਆਂ ਕਣੀਆਂ ਵਿਆਹ ਤਾਂ ਭੱਜ ਗਏ ਅੰਦਰ ਵੜ ਕੇ ਫਿਰ ਛੜਿਆਂ ਦੀ ਜਾਣ ਨੂੰ ਬਣੀਆਂ ਜਿਹਨਾਂ ਨੂੰ ਲੋੜ ਮਿੱਤਰਾਂ ਦੀ ਆਉਣ ਮੇਲੇ ਵਿੱਚ ਖੜੀਆਂ ਇਹ ਪਰਮਿੰਦਰ ਸਿੰਘ ਉਹਨਾਂ ਦੇ ਆ ਜੀ ਪਿੰਡ ਰਣੀਆਂ ਸਰਦਾਰ ਪਰਮਿੰਦਰ ਸਿੰਘ ਪਿੰਡ ਰਣੀਆਂ ਗਾਂਧੀ ਗੜੀ ਤਿਆਰ ਹੋਈ ਤਿਆਰੀ ਆ ਭਾਈ ਕਰ ਸਮਾਂ ਨੰਬਰਦਾਰ ਹਰਜੀਤ ਸਿੰਘ ਕੋਟ ਗੰਗੂਰਾਏ ਸਰਤਾਜ ਸਿੰਘ ਪਿੰਡ ਚੁੰਗਾ 19-12 ਦਾ ਸਮਾਂ ਲਾ ਕੇ ਬੈਠੇ ਸਭ ਤੇ ਪੂਰਾ ਖੜੇ ਹਾਲ ਤੱਕ ਭਾਈ ਆ ਗਈ ਭਾਈ ਬਾਬਾ ਨਾਗ ਜੀ ਬਾਬਾ ਭਾਗ ਜੀ ਦੀ ਹੱਥ ਜਿੱਥੇ ਖੇਡ ਹੁੰਦੀ ਆ ਉਹ ਪਿੰਡ ਦਾ ਵਿਹੜਾ ਹੈ ਬੱਚ ਪੂਰੇ 21 ਦਾ ਸਮਾਂ ਬਈ ਇਹ ਜੇ ਵਿਚਾਲੇ ਰਹਿ ਕੇ ਭੱਜ ਜਾਂਦੇ ਸਮਾਂ ਕੁਛ ਹੋਰੇ ਕਰਦੇ ਬਈ ਚਲੋ ਕੋਈ ਨੀ ਪਾਣੀ ਹੈਗਾ ਉਹ ਪਾਣੀ ਹੈ ਉਹ ਬਈ ਪਾਰ ਜਾ ਕੇ ਰਹੇ ਥੋੜੇ ਪਹਿਲੇ ਜਾ ਕੇ ਸਾਂਭੋ ਪਾਈ ਆਪਣਿਆਂ ਨੂੰ ਇਹ ਨਾਰ ਸਿੰਘ ਫੱਗੂ ਵਾਲੇ ਦੀ ਜੋੜੀ ਆ ਬਈ ਨਾਰ ਸਿੰਘ ਪਿੰਡ ਫੱਗੂਵਾਲਾ ਆ ਗਈ ਭਾਈ ਹਾਂਜੀ ਉੱਨੀ 94 ਦਾ ਸਮਾਂ ਜੀ ਸੁਖਵੀਰ ਸਿੰਘ ਪਿੰਡ ਜਟਾਣਾ ਉੱਚਾ ਸਰਦਾਰ ਸੁਖਵੀਰ ਸਿੰਘ
ਜਟਾਣਾ ਉੱਚਾ 1994 ਫੌਜੀ ਲਖਵੀਰ ਸਿੰਘ ਸਮਾਣਾ ਪਹੁੰਚੇ ਨੇ ਜੀ, ਧੰਨਵਾਦ, ਬੜੀ ਮਿਹਰਬਾਨੀ। ਜਗਜੀਤ ਸਮਾਣਾ, ਉਹ ਭਾਈ ਰਾਹ ਛੱਡ ਦਿਓ, ਜਿਹੜੇ ਮੂਹਰੇ ਖੜੇ ਰਾਹ ਛੱਡ ਦਿਓ ਭਾਈ, ਮਛੇ ਲੰਗਲ ਨੂੰ ਤੂੰ ਗੱਬੇ ਤਾਣਾ ਖੜੋ, ਸਾਡੇ ਪਰ ਰੋ ਕੇ ਖੜੋ, ਜਿਹੜੇ ਰਾਹ ਦੇ ਵਿੱਚ ਖੜੇ ਰਾਹ ਛੱਡੋ ਭਾਈ, ਰਾਹ ਛੱਡੋ, ਮੈਂ ਥੋੜ੍ਹੇ ਨਾਉਣ ਲੈਣ ਲੱਗ ਜਾਣਾ। ਆ ਗਈ ਭਾਈ, ਰਾਹ ਛੱਡ ਦਿਓ ਗੱਬੇ 'ਤੇ, ਬੋਲ ਦਿਓ ਲੰਗਰ ਦਿਓ, ਰਾਹ ਛੱਡੋ ਯਾਰ। ਵੀਹ 17 ਦਾ ਸਮਾਂ ਜੀ, ਸਰਦਾਰ ਸੁੱਚਾ ਸਿੰਘ ਪਿੰਡ ਢੋਲਣ ਮਾਜਰਾ, ਸਮਾਂ ਲਾ ਕੇ 20:17। ਕਢਵਾਨੀ ਫੇਰ ਕਰ ਗਿਆ ਭਾਈ ਜੱਗੀ, ਸਰਦਾਰ ਤਿਆਰੀ ਆ ਭਾਈ, ਧੰਨ ਧੰਨ ਬਾਬਾ ਰਾਮ ਜੋਗੀ ਵੀਰ ਜੀ, ਜਿਹਨਾਂ ਦੀ ਆਦ ਦੇ ਵਿੱਚ ਸਲਾਨਾ ਪੇਂਡੂ ਖੇਡ ਮੇਲਾ, ਖੀਰਿਆਂ ਦੀ ਦੌੜ, ਫਿਰ ਸਾਂਝੀ ਖੇਡ ਗਰਚਾ ਪਰਿਵਾਰ ਵੱਲੋਂ ਅਤੇ ਸਮੂਹ ਨਗਰ ਵਾਸੀ ਵੀਰਾਂ ਵੱਲੋਂ ਕਰਵਾਇਆ ਜਾ ਰਿਹਾ। ਬਲਵਿੰਦਰ ਸਿੰਘ ਜੀ ਗਰਚਾ, ਹੁਣ ਇਸ ਪੁੱਤਰ ਨੇ ਸਰਦਾਰ ਮਨਾ, ਸਰਦਾਰ ਗੋਪੀ, ਸਰਦਾਰ ਹੈਪੀ, ਬੱਚੀ ਆ ਸਾਡੀ ਛੋਟੀ ਜੀ ਭਾਈ ਪੋਤਰੀ ਨੀਤ, ਸਰਦਾਰ ਅਵਤਾਰ ਸਿੰਘ ਜੀ UK, ਧੰਨਵਾਦ ਕਰਦੇ ਹਾਂ ਸਰਦਾਰ ਅਵਤਾਰ ਸਿੰਘ ਹੋਰਾਂ ਦਾ। ਆ ਗਈ ਭਾਈ, ਬਾਅਦ 'ਚ ਪਤਾ ਲੱਗਣਾ ਜੀ ਕਿੰਨੀਆਂ ਹੋ ਗਈਆਂ। ਵੀਹ 31 ਦਾ ਸਮਾਂ ਜੀ, ਸਰਦਾਰ ਸੀਤਲ ਸਿੰਘ ਗਰਚਾ ਦੁਆਬਾ, ਗੁਰਬਾਨੀ ਕਰ ਗਿਆ ਸਰਦਾਰ ਇੰਦੂ ਪਿੰਡ ਮੇਘੋਵਾਲ ਦੁਆਬਾ, ਇਹ ਇੰਦੂ ਹੈ ਮੇਘੋਵਾਲੀ ਆ ਜਿਹੜਾ ਭਜਾ ਕੇ ਲਿਆ ਇਹਨਾਂ ਨੂੰ। ਸਰਦਾਰ ਚੈਨ ਸਿੰਘ ਜੀ ਚੌੜਾ, ਧੰਨਵਾਦ ਕਰਦੇ ਹਾਂ। ਉਹ ਜੀਤ ਮੇਰੀ ਆਵਾਜ਼ ਆਉਂਦੀ ਆ, ਬੱਚਾ ਕਿੱਥੇ? ਮਾਟਰ ਬੱਚਾ ਆ ਗਿਆ, ਕੱਢ ਦੀਏ ਫਿਰ ਕੱਢ ਦੀਦਾ। ਲਿਆਓ ਲਿਆਓ ਭਾਈ, ਸੱਟ ਪੇਟ ਤੇ ਬਚ ਕੇ ਉਦੇ ਜਾਏ। ਇਹ ਆ ਸਾਵਾ ਜਿਹੜਾ ਉੱਪਰ ਚੜਿਆ, ਇਹ ਕਾਲੇ ਉਹਨਾਂ ਦਾ ਜੀ, 9 ਸੈਕਿੰਡ ਦੇ ਵੀ ਸਮਾਂ ਕੱਢਤਾ ਤਾ ਜਿੱਥੇ ਖਰਾਬ ਹੋਏ, 9 ਸੈਕਿੰਡ ਸਮਾਂ ਹੋਇਆ ਤਾ ਸਾਰੇ ਹਾਲੇ। ਇਹਦੇ ਨਾਲ ਕੁਲਦੀਪ ਸਿੰਘ ਉਹਨਾਂ ਦਾ ਮਜਾਲੀਆਂ, ਹੁਣ ਹਿਸਾਬ ਲਾ ਲਓ ਕਿੰਨੀ ਦੂਰ ਲੰਘਿਆ ਇਹ 9 ਸੈਕਿੰਡ ਦੇ ਵਿੱਚ। ਬੜਵਾਂ ਦੀ ਖੜਕੇ ਵੀ ਨੀਡਾ ਸਵਰਾਲਾ, ਬੜਵਾਂ ਦੀ ਖੜਕੇ ਭਾਈ, ਤਿਆਰੀ ਆ ਜੀ, ਤਿਆਰੀ ਆ ਜੀ। ਗੁਰਨੂਰ ਕੌਰ ਹੈ ਜੀ, ਉਹ ਵੀ ਇਹਨਾਂ ਪੁੱਛਣਾ ਕਿਸੇ ਨੂੰ, ਹਾਂ ਇਹਦੇ ਵਰਗੇ ਕੋਈ ਟੱਕਰ ਗਿਆ ਉਹਨੇ ਕੋਈ ਹੋਰ ਦੱਸ ਦੇਣਾ, ਇਹਨੇ ਕਿਤੇ ਪੜਿਆ ਇਹਦੇ ਸਕੂਲ ਦਾ ਮੂੰਹ ਨਹੀਂ ਰੱਖਿਆ ਸਾਲੇ ਨੇ। ਤਿਆਰੀ, ਇੱਕ ਮਿੰਟ ਬਾਈ, ਇੱਕ ਮਿੰਟ ਬਾਈ ਜੀ, ਆ ਗਈ ਬਾਈ, ਹਾਂਜੀ ਕੋਈ ਨਹੀਂ, ਬੱਚੇ ਲੰਘ ਜਾਓ ਹੁਣੇ ਕਹਿੰਦੇ ਜੀ ਇਹਨਾਂ ਨੂੰ ਰਾਹ ਤਾਂ ਛੱਡਣਾ ਚਾਹੀਦਾ, ਚਲੋ ਜੇ ਖੜੇ ਆ ਜਾਂ ਬੋਲ, ਮੈਂ ਲਾਉਣਾ ਡਿਊਟੀ ਲੰਬਰਦਾਰ ਨੂੰ ਕਹਿੰਦਾ। ਤੇਈ 03 ਦਾ ਸਮਾਂ ਜੀ, ਤੇਈ 03, ਹਾਂ ਵੀ ਰਾਹ ਛੱਡ ਦਿਆ ਕਰੋ ਜਿਵੇਂ ਤੁਸੀਂ ਹੁਣ ਲੰਬਰਦਾਰ ਜੀ ਹਰਜੀਤ ਸਿੰਘ ਗੋੜ ਗੰਗੂ ਰਾਏ ਬਈ ਇਹਨਾਂ ਨੂੰ ਬੇਨਤੀ ਕਰਦੇ ਵੀ ਜਦੋਂ ਬੱਚੇ ਨੇੜੇ ਆ ਜਾਂਦੇ ਆ ਭਾਈ ਫਿਰ ਰਾਹ ਖਾਲੀ ਕਰ ਦਿਆ ਕਰੋ, ਫਿਰ ਰਾਹ ਖਾਲੀ ਕਰ ਦੇਣਾ ਘੱਟ ਸਮਾਂ। ਨੰਬਰਦਾਰ ਹਰਜੀਤ ਸਿੰਘ ਕੋਟ ਗੰਗੂ ਰਾਏ, ਨਾਲ ਬੜਾ ਭੱਜਿਆ ਸਰਤਾਜ ਸਿੰਘ ਉਹਨਾਂ ਦਾ ਪਿੰਡ ਚੁੰਗਾ, ਤਿਆਰੀ ਆ ਜੀ, ਆ ਗਈ ਭਾਈ,
ਵਾਹ ਬੀਕਾ ਧੰਨਵਾਦ ਬਈ ਬੜੇ ਚੋਟੀ ਦੇ ਕਢਵਾਨ ਨੇ ਬਾਈ 75 ਦਾ ਸਮਾਂ ਜੀ ਉਹਨੂੰ ਸੂਰਜ ਨੂੰ ਸਿੱਧਾ ਕਰਦੇ ਆ ਵੀ ਸੂਰਜ ਕਰੋ ਉੱਧਰ ਤਾਂ ਰੋਕੋ ਸਮਾਂ ਦੇ ਨੰਦਜੀਤ ਸਿੰਘ ਪਿੰਡ ਮਕਸੂਦਲਾ ਗੜਵਾਨੀ ਕਰ ਗਿਆ ਕਾਲਾ ਮਕਸੂਦਲਾ ਨੰਦਜੀਤ ਪਿੰਡ ਮਕਸੂਦਲਾ ਗਾਂਧੀ ਗੱਡੀ ਤਿਆਰ ਹੈ ਬਾਈ ਬਾਈ ਚੌਥੀ ਸ਼ਿਫਟ ਆਖਰੀ ਹੈ ਬੁਰਦਾ ਦੀ ਐਂਟਰੀ ਖੁੱਲ੍ਹੀ ਹੈ ਜੀ ਕਰਾ ਲਓ ਜੀ ਨਾ ਕਰਾਉਣੀ ਹੈ ਬੁਰਦਾ ਦੀ ਐਂਟਰੀ ਖੁੱਲ੍ਹੀ ਹੈ ਜੀ ਬੱਚਿਆਂ ਦੀ ਐਂਟਰੀ ਬੰਦ ਹੈ ਜੀ ਬੁਰਦ ਵਾਲੇ ਆਪਣੀ ਐਂਟਰੀ ਕਰਾ ਲਓ ਜੀ ਬੱਚਿਆਂ ਦੀ ਕੱਟ ਕੇ ਫਿਰ ਬੁਰਦ ਸ਼ੁਰੂ ਕਰਦੇ ਹਾਂ ਹਾਂ ਕੋਈ ਨਹੀਂ ਬੁਰਦਾ ਕਰ ਲਓ ਨਾ ਉੱਪਰ ਲਿਖਦੇ ਬੱਚੇ ਬੁਰਦ ਲਿਖਦੇ ਕਰੋ ਹੈ ਬੁੱਗੇ ਚਲੋ ਚੌਥੀ ਜਾਇਓ ਬਾਈ ਬੁਰਦ ਵਾਲੇ ਹੱਲ ਲਾਓ ਆ ਗਈ ਬਾਈ ਬੁਰਦ ਵਾਲੇ ਖੜ ਜਾਓ ਇੱਕ ਮਿੰਟ ਜਦੋਂ ਚੌਥੀ ਸ਼ਿਫਟ ਵੱਜੂਗੀ ਜਾ ਕਰਾਇਓ ਮੈਂ ਇੱਧਰ ਬੰਦ ਕਰ ਦੇਣੀ ਐਂਟਰੀ ਬੁਰਦ ਵਾਲੇ ਬਾ 5 ਮਿੰਟ ਹੋਰ ਖੜ ਜਾਓ ਵੀਹ 53 ਜੀ ਸਵਾ 20:53 ਸਰਦਾਰ ਦਵਿੰਦਰ ਸਿੰਘ ਪਿੰਡ ਕੁਹਾੜਾ ਜੱਸੂ ਘੋੜੀਆ ਕਰ ਗਿਆ ਗਡਵਾਨੀ ਬਈ ਬਹੁਤ ਨੇ ਸਰਦਾਰ ਦਵਿੰਦਰ ਸਿੰਘ ਉਹਨਾਂ ਦੇ ਪਿੰਡ ਕੁਹਾੜੇ ਤੋਂ ਬੈਠੇ ਸਰਦਾਰ ਹਰਪਾਲ ਸਿੰਘ ਜੀ ਟਿੱਬਾ ਸਾਹਿਬ ਪਹੁੰਚੇ ਹੋਏ ਨੇ ਧੰਨਵਾਦ ਕਰਦੇ ਹਾਂ ਜੀ ਬੜੀ ਮਿਹਰਬਾਨੀ ਸਰਦਾਰ ਹਰਪਾਲ ਸਿੰਘ ਜੀ ਹਰਪਾਵਾ ਸਿੰਘ ਜੀ ਟਿੱਬਾ ਸਾਹਿਬ ਨਹੀਂ ਬਾ ਖੜ ਭੱਜ ਲੈਣ ਦੋ ਗੱਡੀ ਗਾਹ ਜਾ ਪੈ ਜਾਣਾ ਇਹਨਾਂ ਨੂੰ ਔਖਾ ਹੋ ਜੂ ਕੰਮ ਸਾਹਮਣੇ ਔਖਾ ਹੋ ਜਾਣਾ ਕਿਉਂ ਬੁਰਦਾਂ ਦੇ ਹੋਣਾ ਜ਼ੋਰ ਨਾਲ ਐਂਟਰੀ ਨੇ ਬਾਈ ਬੁਰਦਾਂ ਵਾਲੇ ਵੀਰੋ 4 ਸ਼ਿਫਟਾਂ ਕਰਨੀਆਂ ਸੀ ਬਹੁਤ ਦੁਸਰ ਜਾਏ ਭੱਜਣੇ ਹਿਸਾਬ ਨਾਲ ਭਜਾਇਓ ਮੈਂ ਦੇਖਿਆ ਜਿਹਨਾਂ ਨੇ ਦੁਸਰ ਭਜਾਉਣੇ 30 ਚ ਲੈ ਕੇ ਜਾਣਗੇ ਉਹ ਬਈ ਚੌਥੀ 'ਚ ਨਾਲੇ ਕਿਵੇਂ ਮੋੜੋਗੇ ਜਿਹਨਾਂ ਨੇ ਦੁਸਰ ਬਾਲ ਜੋੜਨੇ ਆ ਪਹਿਰੀ 'ਚ ਜੋੜਿਓ ਕਿਉਂ 4 ਸ਼ਿਫਟਾਂ ਦੇ ਬਾਅਦ ਅਸੀਂ ਕੋਈ ਸ਼ਿਫਟ ਨਹੀਂ ਕਰਨੀ ਬੁਰਦਾਂ ਦੀ ਵੀ ਚਾਹੇ ਬਹੁਤ ਦੁਸਰ ਭਜਣੇ ਪਰ 4 ਸ਼ਿਫਟਾਂ 'ਚ ਭਜਣਗੇ ਹਾਂਜੀ ਹਾਂਜੀ ਆ ਦੇ 5000 ਰੁਪਏ ਤਿਆਰੀ ਆ ਜੀ ਤਿਆਰੀ ਆ ਜੀ ਆ ਗਈ ਭਾਈ ਚੌਵੀ 82 ਦਾ ਸਮਾਂ ਜੀ ਸਰਦਾਰ ਭੁਪਿੰਦਰ ਸਿੰਘ ਪਿੰਡ ਰਾਮਗੜ੍ਹ ਇਹ ਵੀ ਪੁਰਾਣੇ ਘਲਾਟੀ ਹੈ ਸਰਦਾਰ ਭੁਪਿੰਦਰ ਸਿੰਘ ਹੋਣੀ ਪਿੰਡ ਰਾਮਗੜ੍ਹ ਨੇੜੇ ਜੰਡਾਲੀ ਕੁਹਾੜਾ ਜੰਡਾਲੀ ਬਾਈ ਬੁਰਦ ਵਾਲੇ ਵੀਰੋ ਨੋਟ ਕਰ ਲਿਓ ਦੇਖੋ ਸਮਾਂ ਬਚ ਗਿਆ ਸ਼ਿਫਟਾਂ ਸਾਡੇ ਕਹਿੰਦੇ 5 ਭਾਜਾਂ ਭਜਾ ਦਾਂਗੇ ਪਰ 4 ਸ਼ਿਫਟਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿਉਂ 4 ਬੱਚਿਆਂ ਦੀਆਂ ਹੋ ਗਈਆਂ 4 ਤੋਂ ਬਾਅਦ ਅਸੀਂ ਕੋਈ ਬਾਲ ਨਹੀਂ ਭਜਾਉਣਾ ਸਮਾਂ ਨਾ ਬਚਿਆ ਹਾਂ ਦਿਨ ਖੜ੍ਹਾ ਹੋਇਆ ਫਿਰ ਭਜਾ ਦਾਂਗੇ ਟਾਈਮ ਨਾਲ ਸਮਾਂ ਦੇਵਾਂਗੇ ਚੌਥੀ ਸ਼ਿਫਟ ਵੀ ਬੱਚੇ ਵਾਲੇ ਵੀਰ ਮੇਰੀ ਬੇਨਤੀ ਨੋਟ ਕਰ ਲੈਣ ਹੁਣ 10 ਮਿੰਟ 'ਚ ਲੰਘਣਾ ਹੋਊਗਾ ਤਿਆਰੀ ਹੈ ਜੀ ਆ ਗਈ ਬਾਈ
28 ਦਾ ਸਮਾਂ ਜੀ ਸਰਦਾਰ ਜਸਵੀਰ ਸਿੰਘ ਪਿੰਡ ਗੁੱਲਪੁਰ ਸਰਦਾਰ ਲੈਂਬਰ ਸਿੰਘ ਪਿੰਡ ਗੁੱਲਪੁਰ ਮਿੱਤਰ ਉਹ ਵੀ ਸਮਾਂ ਤਾਂ ਜਦੋਂ ਸਰਦਾਰ ਲੈਂਬਰ ਸਿੰਘ ਹੋਰਾਂ ਦੇ ਗੁੱਲਪੁਰੀਏ ਬਹੁਤ ਭੱਜਿਆ ਕਰਦੇ ਤੇ ਸਰਦਾਰ ਲੈਂਬਰ ਸਿੰਘ ਲਹਿਲ ਕਲਾਂ ਦੇ ਬਹੁਤ ਭੱਜਿਆ ਕਰਦੇ ਤੇ ਨਾਂ ਦੇਖ ਲਓ ਕਿੰਨਾ ਵਧੀਆ ਸਰਦਾਰ ਲੈਂਬਰ ਸਿੰਘ ਇਹਦਾ ਸਰਦਾਰ ਚੂੜ ਸਿੰਘ ਰੁੜਕੀ ਦੇ ਬਹੁਤ ਭੱਜਿਆ ਕਰਦੇ ਤੇ ਉਹ ਸਮੇਂ ਦੀ ਗੱਲ ਕਰਦੇ ਹਾਂ ਆ ਗਈ ਬਾਈ ਇੱਕ ਦਾ ਸਮਾਂ ਜੀ 20:01 ਸਰਦਾਰ ਕਾਕਾ ਸਿੰਘ ਪਿੰਡ ਬਡਾਲੀ ਸਮਾਂ ਹੋਰ ਵੀ ਵਧੀਆ ਲਾਉਂਦੇ ਤੇ ਹੇਲਾ ਬੱਚਾ ਮੇਰੇ ਕੋਲ ਆ ਕੇ ਦਗਾੜਾ ਕੱਢ ਗਿਆ ਇਹ ਜੱਗੀ ਖਿਰਨੀਆਂ ਕਰ ਗਿਆ ਗਲਵਾਨੀ ਇਹ ਬਡਾਲੀ ਨੇੜੇ ਕਰਾਲੀ ਹਾਂਜੀ ਰੱਖ ਦੋ ਰੱਖ ਦੋ ਤਿਆਰੀ ਆ ਜੀ ਰੱਖ ਦੋ ਰੱਖ ਦੋ ਤਿਆਰੀ ਆ ਜੀ ਆ ਗਈ ਭਾਈ ਆਪਾ 1956 ਦਾ ਸਮਾਂ ਜੀ ਹਰਵੀਰ ਸਿੰਘ ਪਿੰਡ ਲੰਬੇ ਗੁਰਬਾਣੀ ਕਰਕੇ ਸਰਦਾਰ ਕੁਲਦੀਪ ਸਿੰਘ ਸਪੁੱਤਰ ਹਰਦੇਵ ਸਿੰਘ ਜਟਾਣਾ ਉੱਚਾ ਟਾਈਮ ਕਰਕੇ ਭਾਈ 1956 ਕਿਲਾ ਜੇ ਲੰਘਿਆ ਫਿਰ ਨਹੀਂ ਜੋੜਨੇ ਵੀ ਨਾ ਉਹ ਤਾਂ ਉਹਨਾਂ ਨੂੰ ਪਤਾ ਹੋਣਾ ਉਹ ਤਾਂ ਉਹਨਾਂ ਨੇ ਫੈਸਲਾ ਕਰਨਾ ਕੱਲ੍ਹ ਉਹਨਾਂ ਨੂੰ ਪੁੱਛੀ ਕੱਲ੍ਹ ਜੀਤ ਇਹਨਾਂ ਨੂੰ ਪੁੱਛਿਆ ਕੋਈ ਬੰਦਾ ਭੇਜ ਦੇ ਉਹਨਾਂ ਨੇ ਫੈਸਲਾ ਕਰਨਾ ਹੁੰਦਾ ਕੀ ਲੈ ਦਿੰਦਾ ਉਹ ਭਾਈ ਪਾਰ ਕਰਦੇ ਨਹੀਂ ਹੁੰਦੇ ਤੁਸੀਂ ਛੋਟੇ ਭਾਈ ਇੱਧਰ ਕਰਦੇ ਆਉਂਦੇ ਹੋ ਹਾਂ ਦੂਏ ਪਾਸੇ ਆਓ ਮੇਰਾ ਵੀਰ ਬਣ ਕੇ ਸਾਨੂੰ ਵੀ ਪਤਾ ਭਾਈ ਜਿਹਨਾਂ ਦੇ ਖੀਰਿਆਂ ਨੇ ਛਾਲਾਂ ਮਾਰ ਜਾਣੀਆਂ ਚਾਹ ਹੋ ਜਾਂਦਾ ਚਾਹ ਬੋਤਲ ਤੇ ਵੱਧ ਨਸ਼ਾ ਹੋ ਜਾਂਦਾ ਛੋਟੂ ਪਾਰ ਲੰਘ ਗਏ ਪਾਰ ਲੰਘਦਾ ਤੂੰ ਇੱਧਰ ਕਰਦੇ ਖੜ ਗਿਆ ਤੁਸੀਂ ਖੇਤਾਂ 'ਚ ਯਾਰ ਤਿਆਰੀ ਹੈ ਜੀ ਇਹ ਗੁਡਵਾਨ ਹੈ ਜੀ ਕੋਈ ਨਹੀਂ ਤਾਂ ਕੋਈ ਨਹੀਂ ਗੁਡਵਾਨ ਆਪੇ ਹਟ ਜਾਣੇ ਤਿਆਰੀ ਆ ਭਾਈ ਬੋਲਦੀਆਂ ਕੋਲਾਂ ਆਹ ਦੇਖ ਲਓ ਕੋਲਾਂ ਬੋਲਦੀਆਂ ਆ ਗਈ ਭਾਈ ਬਾਈ ਠਾਹਰ ਦਾ ਸਮਾਂ ਜੀ ਸਰਦਾਰ ਬਿੰਦਾ ਪਿੰਡ ਸਾਹਿਬਾਣਾ ਇਹ ਸਾਹਿਬਾਣੀ ਭੱਜ ਗਏ ਜੀ ਵੀ ਅਗਲੇ ਸਾਲ ਆਪਾਂ ਖੰਭਾ ਹੀ ਪਾਰ ਕਰਾ ਦੇਣਾ ਫਿਕਰ ਨਾ ਕਰੋ ਤੁਸੀਂ ਤਿਆਰੀ ਆ ਭਾਈ ਜੱਟ ਦੇ ਕਹਿੰਦੇ ਕੋਈ ਦਿਹਾੜੀਆ ਗਿਆ ਹੁੰਦਾ ਦਿਹਾੜੀਆ ਜਾਂ ਪਹਿਲਾਂ ਆਪੇ ਮੱਕੀਆਂ ਮੁੱਕੀਆਂ ਕੁੱਟਿਆ ਕਰਦੇ ਤੇ ਦੁਪਹਿਰਾ ਹੋ ਗਿਆ ਜਿਹੜਾ ਦਿਹਾੜੀਆਂ ਦਾ ਪਿੰਡ ਗੱਡੀ ਨੂੰ ਦੇਖੀ ਜਾ ਵੀ ਰੋਟੀ ਉਹ ਨਹੀਂ ਆਉਂਦੀ ਹਾੜੀ ਦੇ ਕੇ ਕਹਿੰਦਾ ਜ਼ਿਮੀਦਾਰ ਨੂੰ ਉਹ ਕਹਿੰਦਾ ਭਾਈ ਰੋਟੀ ਤਾਂ ਕਿਤੇ ਪਿੰਡ ਕਿਹਨੇ ਦਿਖਦੀ ਨਹੀਂ ਕਦ ਆਊਗੀ ਕਹਿੰਦਾ ਰੋਟੀ ਆਊਗੀ ਜਦ ਘੁੱਗੀ ਆਲਣੇ ਆਊਗੀ ਛੱਡ ਕੇ ਖੁਰਪਾ ਤੁਰ ਪਿਆ ਕਹਿੰਦਾ ਕਿੱਥੇ ਨੂੰ ਚੱਲਿਆ ਕਹਿੰਦਾ ਘਰ ਨੂੰ ਉਹ ਕਹਿੰਦਾ ਕਿਉਂ ਉਹ ਕਹਿੰਦਾ ਜਾਨਵਰ ਦਾ ਕਿਆ ਪਤਾ ਆਵੇ ਨਾ ਆਵੇ ਮੈਂ ਭੁੱਖਾ ਮਰਨਾ ਤਿਆਰੀ ਆ ਭਾਈ ਉਹ ਭਾਈ ਇਹ ਕੋਇਲ ਹੈ ਬੋਲਦੀ ਹੈ ਜਾਂ ਨਿਆਣੇ ਜੇ ਹੁੰਦੇ ਤੇ ਜਿਹੜੇ ਮੇਰੇ ਹਾਰੀਆਂ ਜ਼ਰੂਰ ਗੱਲ ਜਾਣਦੇ ਹੋਣਗੇ ਜਿਹੜੀ ਅੰਬੀ ਪਤੇਈ ਜੋ ਜਾਂਦੀ ਸੀ ਉਹਨੂੰ ਕਹਿਣਾ ਕਿਆ ਹੋ ਗਿਆ ਇਹਨੂੰ ਨਿਆਣੇ ਨੇ ਕਹਿਣੇ ਕੋਇਲ ਨੇ ਮਾਰਿਆ ਪਾਤੀ ਇਹਦੇ ਫਿਰ ਮੈਂ ਪੁੱਛੇ ਵੀ ਅੰਬੀਆਂ ਪਰ ਕੋਲ ਇਹੋ ਜਿਹੇ ਕੰਮ ਕਰਦੀ ਫਿਰਦੀ ਹੈ
ਪਰ ਬਚਪਨ ਤਾਂ ਨਿਆਣੇ ਤੇ ਸੋਝੇ ਹੋਈ ਤੇ ਤਿਆਰੀ ਆ ਭਾਈ ਹੁਣ ਤਾਂ ਗੱਲਾਂ ਹੀ ਖਤਮ ਹੋ ਗਈਆਂ ਆ ਗਈ ਭਾਈ ਇੱਕੀ ਅਠਾਈ ਦਾ ਸਮਾਂ ਜੀ ਸਰਦਾਰ ਦਰਸ਼ਨ ਸਿੰਘ ਪਿੰਡ ਅੱਚਰਵਾਲ 21:28 ਸਮਾਂ ਕਰ ਗਏ ਬਈ ਤਿਆਰੀ ਆ ਭਾਈ ਟਾਈਮ ਹੀ ਚਾਹੀਦਾ ਸਾਨੂੰ ਵੀ ਸਾਡੇ ਦੂਏ ਦੀ ਖੇਡ ਨੂੰ ਹਾਂ ਬਈ ਰਾਹ ਤੇ ਬਾਹਰ ਵੀ ਲਿਆ ਆ ਜਾ ਭੱਜ ਕੇ ਬਾਹਰੀ ਬੋਤਲੇ ਤੇਰੇ ਰੰਗ ਨਿਆਰੇ ਇਹ ਬੋਤਲ ਦੇ ਵੀ ਰੰਗ ਨਿਆਰੇ ਜਦੋਂ ਬੱਚਾ ਜੰਮਦਾ ਦੁੱਧ ਦੀ ਬੋਤਲ ਜਾਂ ਥੋੜ੍ਹਾ ਜਿਹਾ ਬੜਾ ਹੋ ਗਿਆ ਕੋਕ ਦੀ ਬੋਤਲ ਜਾਂ ਥੋੜ੍ਹੀਆਂ ਜਿਹੀਆਂ ਮੁੱਛਾਂ ਪੁੱਟਣ ਲੱਗੀਆਂ ਫਿਰ ਬੀਅਰ ਦੀ ਬੋਤਲ ਜਾਂ ਹੋਇਆ ਜਵਾਨ ਫਿਰ ਬਿਸਕੀ ਦੀ ਬੋਤਲ ਜਦ ਗੁਰਦੇ ਹੋਣ ਲੱਗੇ ਪਹਿਲਾਂ ਫਿਰ ਗਲੂਕੋਸ ਦੀ ਬੋਤਲ ਜਾਂ ਖੂਨ ਘੱਟ ਗਿਆ ਫਿਰ ਖੂਨ ਦੀ ਬੋਤਲ ਜਾਂ ਮਰ ਗਿਆ ਫਿਰ ਗੰਗਾ ਜਲ ਦੀ ਬੋਤਲ ਬਾਣੀ ਬੋਤਲੇ ਤੇਰੇ ਰੰਗ ਨਿਆਰੇ ਹੈ ਇਹ ਬੋਤਲ ਦੇ ਵੀ ਰੰਗ ਲਿਆ ਰਹੇ ਭਾਈ ਕਹਿੰਦੇ ਕੋਈ ਬੰਦਾ ਦੁੱਧ ਪਾਇਆ ਕਰਦਾ ਤਾਂ ਦੁੱਧ ਦੋਜੀ ਦਾ ਬੜੇ ਮਿਹਨਤ ਕਰਨੀ ਪੈਸਾ ਕੋਈ ਬਚੇ ਨਾ ਇਮਾਨਦਾਰੀ ਨਾਲ ਦੁੱਧ ਪਾਉਂਦਾ ਤਾਂ ਆਖਿਰ ਪਾਣੀ ਪਾਉਣ ਲੱਗ ਗਿਆ ਨਹਿਰ 'ਚ ਪਾਣੀ ਪਾਇਆ ਕਰੇ ਜਿੱਥੇ ਪਾਣੀ ਪਾਉਣਾ ਉੱਥੇ ਬੜਾ ਸਾਰਾ ਦਰਖਤ ਖੜ੍ਹਾ ਤਾਂ ਉਹਦੇ ਪਰ ਬਾਂਦਰ ਰਹਿੰਦਾ ਤਾ ਬਾਂਦਰ ਨੇ ਰੋਜ਼ ਦੇਖਣਾ ਬਈ ਦੁੱਧ 'ਚ ਪਾਣੀ ਪਾ ਕੇ ਲਿਜਾਂਦਾ ਹੈ ਮਹੀਨੇ ਬਾਅਦ ਪੈਸੇ ਇਕੱਠੇ ਕਰਕੇ ਲਿਆਇਆ ਪੈਸੇ ਬੜਾ ਬੈਗ ਭਰਿਆ ਹੋਇਆ ਉਹਦਾ ਝੰਡੀ ਖੜੀ ਹੋ ਗਈ ਮੈਂ ਫਿਰ ਸੁਣਾਉਣਾ ਗੱਲ ਤੁਹਾਨੂੰ ਮੁੜ ਕੇ ਤਿਆਰੀ ਆ ਬਈ ਆ ਗਈ ਬਾਈ ਤੇਈ 40 ਦਾ ਸਮਾਂ ਜੀ 23:40 ਸਰਦਾਰ ਸੁਖਵਿੰਦਰ ਸਿੰਘ ਗੜੀ ਅਜੀਤ ਸਿੰਘ ਗੜਵਾਨੀ ਕਰਕੇ ਸਰਦਾਰ ਇੰਦੂ ਪਿੰਡ ਮੇਘੋਵਾ ਇੰਦੂ ਨੇ ਕਰੀ ਗੜਵਾਨੀ ਇਹਨਾਂ ਦੀ ਗਾਂ ਦੀ ਗੱਡੀ ਤਿਆਰ ਹੈ ਬਈ ਬਹੁਤ ਲਾਜ ਵਾਲੇ ਹੋ ਧੰਨਵਾਦ ਤੁਹਾਡਾ ਵੀ ਸਾਡੇ ਹਰਵਿੰਦਰ ਹੋਣੀ ਵੀ ਬੈਠੇ ਆ ਭਾਈ ਮੁਸ਼ਕਾਬਾਦੀਏ ਆ ਗਈ ਭਾਈ ਕੰਬੇ ਹੋਣੀ ਬੈਠੇ ਹੈਪੀ ਮੁੰਡੀਆਂ ਹੋਣੀ ਬੈਠੇ ਹਰਸ਼ ਹੋਣੀ ਬੈਠੇ ਕਲਵੀਰ ਹੋਣੀ ਬੈਠੇ ਭਾਈ ਸਲੱਖਣ ਸੋਢੀ ਦਲਜੀਤ ਭੰਗਲਾ ਇੱਕੀ 22 ਦਾ ਸਮਾਂ ਜੀ 21:22 ਪੁਆਇੰਟ ਇਹ ਅਮਨਦੀਪ ਹੋਣਾ ਦੇ ਜੀ ਪਿੰਡ ਮੰਡੇਰਾ ਤੋਂ ਸਰਦਾਰ ਅਮਨਦੀਪ ਸਿੰਘ ਪਿੰਡ ਮੰਡੇਰਾ 21:22 ਗੁਰਬਾਨੀ ਕਰ ਗਿਆ ਦੀਪਾ ਜਠਾਣਾ ਇਹੋ ਜਿਹੇ ਸ਼ੌਂਕ ਦੇ ਮਿੱਤਰ ਇਹ ਦੇਖੋ ਹਰ ਇੱਕ ਸਾਲ ਇਹ ਪਰਿਵਾਰ ਬਾਹਰੋਂ ਆਉਂਦਾ ਗਰਚਾ ਪਰਿਵਾਰ ਆ ਕੇ ਫਿਰ ਧੰਨ ਧੰਨ ਬਾਬਾ ਰਾਮ ਜੋਗੀ ਪੀਰ ਜੀ ਦੀ ਆਦ ਦੇ ਵਿੱਚ ਹਰ ਇੱਕ ਸਾਲ ਇਹ ਖੇਡ ਮੇਲਾ ਕਰਾਉਂਦੇ ਸਾਰੇ ਪਰਿਵਾਰ ਦਾ ਹੀ ਧੰਨਵਾਦ ਕਰਦੇ ਹਾਂ ਛੋਟੀ ਜਿਹੀ ਬੱਚੀ ਆ ਭਾਈ ਵਾਹਿਗੁਰੂ ਲੰਬੀ ਉਮਰ ਕਰੇ ਉਹਨੂੰ ਮੇਰਾ ਸਤਿਗੁਰ
ਤਿਆਰੀ ਆ ਭਾਈ ਹਿੰਮਤ ਸਿੰਘ ਹੋਣੀ ਬਾਈ ਪੱਪੂ ਹੋਣੀ ਆਮਰੇ ਹੋਣੀ ਸਪੁੱਤਰ ਸਰਦਾਰ ਮਨਜੀਤ ਸਿੰਘ ਡੋਗਰ ਜਾਗਤਪੁਰ ਬਹੁਤ ਵੱਡਾ ਨਾਂ ਹੈ ਬਸ ਸਰ ਗਿਆ ਹੁਣ ਤਾਂ ਕੋਈ ਨਹੀਂ ਹਾਂ ਦੇਖ ਲਓ ਬਦਲ ਉਹ ਪਤਾ ਨਹੀਂ ਕਿਤੇ ਪੁੱਛਣਾ ਹੈ ਜੀਰ ਕੱਢੇ ਕਰਦਾ ਖਾਣਾ ਜਾਂਦੇ ਨੂੰ ਕਹਿੰਦਾ ਫੜਦਾ ਕੀ ਹੈ ਭੈਣ ਚੋ ਜਾਂ ਤੈਨੂੰ ਪੜ੍ਹਨਾ ਹੀ ਨਹੀਂ ਆਉਂਦਾ ਬਲਦਾਂ 'ਚ ਭੇਜਾਂਗੇ ਉਹਨਾਂ ਨੂੰ ਲੈ ਜਾਓ ਕੋਈ ਨਹੀਂ ਜੇ ਹੋ ਗਈ ਤੰਗ ਹੈ ਆ ਗਈ ਭਾਈ ਰੀਤ ਕਰਚਾ ਸਾਡੀ ਛੋਟੀ ਜਿਹੀ ਬੱਚੀ ਸਪੈਸ਼ਲ ਨਾਮ ਦੇ ਕੇ ਗਈ ਆ ਭਾਈ ਆਪਣੇ ਦਾਦਾ ਜੀ ਉਹਨਾਂ ਦੇ ਨਾਲ ਸਾਡੀ ਵੀ ਪੁੱਤਰੀ ਹੋਏ ਤੇਈ ਸੋਲਾਂ ਦਾ ਸਮਾਂ ਜੀ ਸਰਦਾਰ ਗੁਰਦਿਆਲ ਸਿੰਘ ਜੀ ਪਿੰਡ ਕਪੂਰ ਜ਼ਿਲ੍ਹਾ ਜਲੰਧਰ ਆਪਣੇ ਦੌੜਾਂ ਵੀ ਕਰਾਈਆਂ ਮੁੰਡਿਆਂ ਨੇ ਉੱਥੇ ਬਾਈ ਕਪੂਰ ਦੇ ਵਿੱਚ ਬੈਲ ਗੱਡੀਆਂ ਦਾ ਬੜਾ ਤਕੜਾ ਮੇਲਾ ਹੋਇਆ ਤਾ ਉਹਦਣ ਗੁਰਦਿਆਲ ਸਿੰਘ ਕਪੂਰ ਦੇ ਵਿਹੜੇ ਭੱਜ ਗਏ ਗਾਂ ਦੀ ਗੱਡੀ ਤਿਆਰ ਹੈ ਭਾਈ ਉਹ ਵੀ ਸਮਾਂ ਤਾਂ ਸਰਦਾਰ ਭੱਜਾ ਸਿੰਘ ਉਹਨਾਂ ਦੇ ਭੱਜਿਆ ਉਹ ਕੱਠ ਤੇ ਪਰਾਂ ਨਹੀਂ ਹੁੰਦਾ ਸਾਲਾ ਪੁੱਠੀ ਪੁੱਛੀ ਜਾਂਦਾ ਜੇ ਪਰਾਂ ਹੋ ਗਏ ਖੜੇ ਆਪ ਵੀ ਪਰਚੀ ਮੇਰੇ ਕੋਲ ਨੂੰ ਲਿਆਵਰੇ ਨੂੰ ਆਪੇ ਦੂਰ ਹੋ ਕੇ ਖੜੇ ਜੀਤ ਤੇ ਪੰਜਾਂ ਖੜੇ ਤਿਆਰੀ ਆ ਜੀ ਕੋਈ ਨੀ ਆਪਾਂ ਜਲਣੇ ਦੇ ਬੱਚਿਆਂ ਦੇ ਆ ਗਈ ਭਾਈ ਇੱਕੀ ਅਠਾਰਾਂ ਦਾ ਸਮਾਂ ਜੀ ਸਰਦਾਰ ਬੇਗ ਸਿੰਘ ਜੀ ਲੀਲਾ ਕੜਵਾਨੀ ਕਰਕੇ ਸਰਦਾਰ ਜੱਸੂ ਪਿੰਡ ਘੋੜੀਆਂ ਮਿੱਤਰੋ ਬਹੁਤ ਸਮਾਂ ਪਹਿਲਾਂ ਪੁੰਗਾ ਬੋਲ ਭੱਜਿਆ ਲੀਲਾ ਮੇਰੇ ਸਿਰ ਤੇ ਉੱਚਾ ਕੱਤਾ ਬੋਲ ਦਾ ਲੀਲਾ ਦਾ ਬਹੁਤ ਸਾਰੇ ਸਾਥੀ ਲੀਲਾ ਹੀ ਕਹੀ ਜਾਇਆ ਕਰਦੇ ਤੇ ਉਹਨੂੰ ਵਾਹ ਜੀ ਸਰਦਾਰ ਜੋਗਾ ਸਿੰਘ ਹੋਣੀ ਉਹ ਬੱਲੇ 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 ਉਹ ਦਾਸੀਆਂ ਸਰਦਾਰ ਰਾਜੂ ਸਰਾਲਾ ਰਾਜੂ ਵੀ ਸਾਡਾ ਜਵਾਨ ਬਾਹਰ ਬੈਠਾ ਵੀ ਵਾਪੀ ਜਾ ਉਹਨੇ ਬੜਾ ਸ਼ੌਂਕ ਰੱਖਦਾ ਜਵਾਕ ਬਈ ਬੜਾ ਤਕੜਾ ਮੇਲਾ ਕਰਾਉਂਦਾ ਆਪਣੇ ਪਿੰਡ ਦੇ ਵਿੱਚ ਰਾਜੂ ਸਰਾਲਾ ਸਰਦਾਰ ਜੋਗਾ ਸਿੰਘ ਉਦਾਸੀਆਂ ਧੰਨਵਾਦ ਕਰਦਾ ਆਪਣੇ ਵੀਰਾਂ ਦਾ ਬੜੀ ਮਿਹਰਬਾਨੀ ਇਹ ਦੁਆਬੇ ਵਾਲੇ ਦੀ ਨਿਸ਼ਾਨੀ ਪੱਕੀ ਆ ਜਿਵੇਂ ਸਰਦਾਰ ਜੋਗਾ ਸਿੰਘ ਉਹਨਾਂ ਨੇ ਕਾਲੀ ਗਾਨੀ ਦੇ ਵਿੱਚ ਤਬੀਤੀਆਂ ਪਾਈਆਂ ਹੈ ਜੇ ਇਹ ਨਿਸ਼ਾਨੀ ਕਿਸੇ ਨੇ ਪਾਈ ਹੋਵੇ ਸਮਝ ਲਓ ਦੁਆਬੇ ਦਾ ਜਵਾਨ ਹੈ ਉਹ ਆ ਗਈ ਭਾਈ ਚੌਵੀ ਚੁਤਾਲੀ ਦਾ ਸਮਾਂ ਜੀ ਕ੍ਰਿਸ਼ਨ ਸਪੁੱਤਰ ਸਰਦਾਰ ਪੂਰਨ ਸਿੰਘ ਪਿੰਡ ਖੇੜੀ ਗੁਜਰਾ ਗੜਵਾਨੀ ਕਰ ਗਿਆ ਸਰਦਾਰ ਵੀਰੂ ਇਹ ਵੀਰੂ ਹੈ ਜਿਹੜਾ ਭਜਾ ਕੇ ਲਿਆ ਇਹਨਾਂ ਨੂੰ ਬਹੁ ਵੀਰੂ ਨਹੀਂ ਸਤੇਰੀਆਂ ਵੀ ਗਾਂ ਦੀ ਗੱਡੀ ਤਿਆਰ ਹੈ ਤਿਆਰੀ ਆ ਭਾਈ ਆ ਗਈ ਭਾਈ ਮੈਂ ਪਹਿਲਾਂ ਪੁੱਛਣਾ ਕਿਸੇ ਨੂੰ ਗੱਲ ਜਿਹਨੇ ਮੂੰਹ ਜਬਾਨੀ ਦੱਸਤਾ ਤਾਂ ਅਗਲਾ ਜੋੜਦਾ ਜੋੜਦਾ ਖੋਰੇ ਦੱਸ ਦਿੰਦਾ ਜੀਤੂ ਨੂੰ ਬਹੁਤ ਗਾਲਾਂ ਕੱਢਦਾ ਜਾਂਦੇ ਨੂੰ ਕਹਿੰਦਾ ਕੀ ਖੜਨਾ ਭੈਣ ਦੇ ਉੱਤੇ ਜਾ ਕੇ ਵੀ ਹੋਰ ਬੰਦਾ ਖੜੇ ਨਾ ਖੜੇ ਤੈਨੂੰ ਪੜ੍ਹਨਾ ਆਉਂਦਾ ਨਹੀਂ
ਬਾਈ ਬਾਈ ਚਾਰੇ ਦੂਏ ਲਾਤੇ ਵੀ ਬਣਿਆ ਨੇ ਇਹ ਸਰਦਾਰ ਬੇਅੰਤ ਸਿੰਘ ਹੋਣਾ ਨੇ ਪਿੰਡ ਬਾਲਿਓ ਤੋਂ ਮੁਸ਼ਕਾਬਾਦ ਖਿਰਨੀਆਂ ਬਾਲਿਓ ਹਰਿਓ ਬਰਮਾ ਇਹ ਪਿੰਡ ਨੇੜੇ ਨੇੜੇ ਸਾਰੇ ਸਿਆਲਾ ਕਟਾਲਾ ਵਾਹ ਜੀ ਵਾਹ ਇੱਧਰ ਸਰਦਾਰ ਹਰਪਾਲ ਸਿੰਘ ਹੋਣੀ ਵੀ ਪਹੁੰਚੇ ਹੋਏ ਭਾਈ ਟਿੱਬੇ ਵਾਲੇ ਹਰਭਵਨ ਹੋਣੀ ਧੰਨਵਾਦ ਉਹਨਾਂ ਦਾ ਵੀ ਤਿਆਰੀ ਆ ਭਾਈ ਭਾਈ ਚੌਥੀ ਸ਼ਿਫਟ ਵਾਲੇ ਵੀਰੋ ਆਪਣੇ ਬੱਚਿਆਂ ਦੇ ਨੇੜੇ ਹੋ ਜਾਓ ਆ ਗਈ ਬਾਈ ਸੱਤ ਮਿੰਟ ਮਿਲਣੇ ਹੁਣ ਸੱਤ ਹੁਣ ਹੀ ਦੱਸ ਦੇਣੇ ਅਸੀਂ ਚੌਥੀ ਸ਼ਿਫਟ ਨੂੰ ਲੰਘਣ ਵਾਸਤੇ ਸੱਤ ਮਿੰਟ ਦਾ ਸਮਾਂ ਇੱਧਰ ਸਰਦਾਰ ਚੈਨ ਸਿੰਘ ਚੌੜੀ ਵਾਲੇ ਵੀ ਬੈਠੇ ਆ ਭਾਈ ਆਪਦੇ ਬਹੁਤ ਲੈ ਕੇ ਆਏ ਤਿਆਰੀ ਕਰ ਲਓ ਜੀ ਨੇੜੇ ਹੋ ਜਾਓ ਬੱਚਿਆਂ ਦੇ ਤੇਈ ਤਰਵੰਜਾ ਦਾ ਸਮਾਂ ਜੀ ਸਰਦਾਰ ਗੁਰਦਿਆਲ ਸਿੰਘ ਜੀ ਰੁੜਕਾ ਕਾਲਾ ਰੁੜਕਾ ਇਹ ਗੁਰਦਿਆਲ ਸਿੰਘ ਹੋਣੀ ਵੀ ਬਾਹਰ ਰਹਿੰਦੇ ਨੇ ਪਰ ਇੱਕ ਹਰ ਇੱਕ ਸਾਲ ਹੈ ਜਿਵੇਂ ਬਾਈ ਬਲਵਿੰਦਰ ਸਿੰਘ ਹੋਣੀ ਆਪਦੇ ਬੱਚਿਆਂ ਸਮੇਤ ਆਪਦੇ ਪਰਿਵਾਰ ਨਾਲ ਪਹੁੰਚੇ ਉਹ ਵੀ ਪਹੁੰਚਦੇ ਤਿਆਰੀ ਹੈ ਜੀ ਬਾਈ ਬੇਨਤੀ ਆ ਵੀਰੇ ਸੱਤ ਮਿੰਟ ਹੈ ਘੜੀ ਦੇ 92 ਆਹ ਜਿਹੜੀ ਹੁਣ ਸ਼ਿਫਟ ਜਾਣੀ ਹੈ ਸੱਤ ਮਿੰਟ ਤੋਂ ਬਾਅਦ ਫਿਰ ਕਿਸੇ ਹੋਰ ਰਨ ਘੁਮਾਉਣੇ ਪੈਣਗੇ ਤੁਹਾਨੂੰ ਅਸੀਂ ਰਨ ਵੀ ਲੱਗਣ ਦੇਣੇ ਨੇੜੇ ਹੋਏ ਆਪਣੇ ਬੱਚਿਆਂ ਦੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਬੈਠੇ ਪਰਿਵਾਰ ਸਮੂਹ ਸਾਰਾ ਮੇਲਾ ਦੇਖਦੇ ਹਾਂ ਗੁਰਮਾਨ ਵੀਰਾਂ ਨੂੰ ਬੇਨਤੀ ਹੈ ਗਾਰਡ ਦਾ ਧਿਆਨ ਰੱਖਣ ਆ ਗਈ ਭਾਈ ਮੈਂ ਖੇਡਾਂ 'ਤੇ ਤਕਰੀਬਨ ਕਹਿੰਦਾ ਵੀ ਗਾਰਡ ਦਾ ਧਿਆਨ ਰੱਖਿਓ ਜਦੋਂ ਰੁੜਕੀ ਖੇਡਤੀ ਮੈਂ ਆਪੇ ਕੱਢਾਂ ਗਾਲਾਂ ਕਹਿੰਦਾ ਨੈੱਟ ਪ੍ਰਭਾਤੀ ਮੈਨੂੰ ਬੁੱਗੇ ਨੇ ਸੁਣਾਈ ਚੌਵੀ ਸੈਂਤੀ ਦਾ ਸਮਾਂ ਜੀ ਸਰਦਾਰ ਕੁਲਦੀਪ ਸਿੰਘ ਪਿੰਡ ਸੰਗਤਪੁਰਾ ਗੁਰਬਾਨੀ ਕਰ ਗਏ ਹਾਂਜੀ ਕਰੋ ਕਰੋ ਜੀ ਚੌਥੀ ਸ਼ਿਫਟ ਖੁੱਲ ਗਈ ਬਾਈ ਸ਼ਿਫਟ ਆਖਰੀ ਹੈ ਫਿਰਤੀ ਛੋਟੇ ਭਾਈ ਲਿਆਓ ਜੀ ਸੱਤ ਮਿੰਟ ਦਾ ਸਮਾਂ ਜੀ ਆਖਰੀ ਸ਼ਿਫਟ ਨੂੰ ਹਾਂ ਕੋਈ 60 ਦੇ ਕਰੀਬ ਗੱਡੀਆਂ ਭੱਜ ਗਈਆਂ 60 ਭੱਜ ਚੁੱਕੀਆਂ ਅਜਾ ਚੌਥੀ ਸ਼ਿਫਟ ਦੇਖ ਲਓ ਕਿੰਨੀਆਂ ਜਾਣੀਆਂ ਸੀ 20 ਗੱਡੀਆਂ ਦਾ ਹਿਸਾਬ ਲਾਇਆ ਤਾ ਵੀ ਖੀਰੇ ਦੇ 20-25 ਹੋਣਗੀਆਂ ਇੱਦਾਂ ਹਿਸਾਬ ਨਾਲ ਤਾਂ 80-90 ਗੱਡੀਆਂ ਤਾਂ ਬੱਚਿਆਂ ਦੀਆਂ ਭੱਜਣਗੀਆਂ ਖੇਡ ਭਾਈ ਮੱਲਾ ਬੇਦੀਆਂ ਦੀ ਹੈ 100 ਰੁਪਈਆ 92 100 ਰੁਪਈਆ ਉਹ ਇਹਦਾ ਕਹਿੰਦੇ ਤੇ ਗਰਚਾ ਪਰਿਵਾਰ ਅਸੀਂ ਐਂਟਰੀ ਨਹੀਂ ਲੈਣੀ ਮੈਂ ਕਿਹਾ ਨਾ ਭਾਈ ਉਹ ਬਰਦਾਂ ਦੀ ਕਰ ਲਓ ਕੋਈ ਨਹੀਂ ਕਰ ਲਓ ਹੁਣ ਬੱਚਿਆਂ ਦੇ ਜਿਹੜੇ ਪਹਿਲਾਂ ਬੱਚੇ ਕਰਾ ਦਿਓ ਫਿਰ ਬਰਦਾਂ ਦੀ ਕਰਦੇ ਲਖਵੀਰ ਸਿੰਘ ਜੀ ਲੱਖੀ ਸਰਪੰਚ ਇਕਬਾਲ ਸਿੰਘ ਜੀ ਦੇ ਭਰਾ ਨੇ ਪਿੰਡ ਜੋੜੇ ਆ